ਨਵਯੁਗ ਪਬਲਿਸ਼ਰ ਦੇ ਕੋਲ ਆਇਆ ਸੀ ਅਤੇ ਬੜੀ ਅਜ਼ੀਮ ਸ਼ਖਸੀਅਤ ਮੇਰੇ ਕੋਲ ਟੱਕਰ ਗਈ ਹੈ। ਉਹ ਇੱਕ ਗਾਣਾ ਮਾ ਨਾ ਕਿ ਬੂਹੇ ਵਾਰੀਆਂ ਅਤੇ ਨਾਲੇ ਕੰਧਾਂ ਟੱਪ ਕੇ, ਕੰਧਾਂ ਟੱਪ ਕੇ ਆਏ ਹੋਏ ਨੇ ਲਹਿੰਦੇ ਪੰਜਾਬ ਤੋਂ ਨੇ ਸਾਡੇ ਕੋਲ ਅਬਦੁਲ ਹਮੀਦ ਸਾਹਿਬ ਨੇ ਅਤੇ ਵੈਸੇ ਤਾਂ ਡਿਪਲੋਮੇਟ ਨੇ ਅਤੇ ਅਸੀਂ ਗੱਲਬਾਤ ਇਹਨਾਂ ਨਾਲ ਲਿਟਰੇਚਰ ਦੀ ਕਰਾਂਗੇ ਸਾਹਿਤ ਦੀ। ਸਭ ਬਹੁਤ ਬਹੁਤ ਸਵਾਗਤ ਤੁਹਾਡਾ, ਖੈਰ ਮਕਦਮ ਕਰਦੇ ਹਾਂ ਅਤੇ ਪਹਿਲਾਂ ਦੱਸੋ ਉਰੇ ਕਿਵੇਂ ਆਉਣਾ ਹੋਇਆ? ਥੈਂਕ ਯੂ ਵੈਰੀ ਮੱਚ। ਇਨਫੈਕਟ ਪੰਜਾਬ ਵਿੱਚ ਬੜੀ ਜ਼ਬਰਦਸਤ ਦਿਲਚਸਪੀ ਹੈ ਜੋ ਈਸਟਰਨ ਪੰਜਾਬ ਵਿੱਚ ਅਦਬ ਔਰ ਸਕਾਫਤ 'ਤੇ ਛਪਦਾ, ਔਰ ਖਾਸ ਤੌਰ 'ਤੇ ਫਿਕਸ਼ਨ ਵਿੱਚ ਪਾਰਟੀਸ਼ਨ ਦੇ ਉੱਤੇ ਜਿਹੜਾ ਲਿਟਰੇਚਰ ਛਪਿਆ, ਜਿਹੜੀ ਪ੍ਰੀਤਮ ਸਿੰਘ ਔਰ ਅਰਸੀ ਪਬਲੀਕੇਸ਼ਨਸ ਔਰ ਇਹਨਾਂ ਲੋਕਾਂ ਨੇ ਟਰਾਂਸਲੇਸ਼ਨਸ ਕੀਤੀਆਂ ਨੇ ਰਸ਼ੀਅਨਸ ਦੀਆਂ, ਉਹਦੇ ਬਾਰੇ ਬੜੀ ਦਿਲਚਸਪੀ ਉੱਥੇ, ਅਤੇ ਮੈਂ ਇਹਦੇ ਬਾਰੇ ਖਬਰ ਸੁਣੀ ਹੈ। ਆਇਆ ਪ੍ਰਗਤੀ ਮੈਦਾਨ, ਇਟਸ ਮਾਈ ਸੈਕਿੰਡ ਵਿਜ਼ਿਟ ਹੇਅਰ, ਅਤੇ ਮੈਨੂੰ ਬੜਾ ਅੱਛਾ ਲੱਗਿਆ ਇੰਨੀਆਂ ਅੱਛੀਆਂ ਕਿਤਾਬਾਂ ਵੇਖ ਕੇ ਇੱਥੇ। ਅੱਛਾ, ਮੈਨੂੰ ਦੱਸੋ ਕਿ ਉੱਧਰ ਤੁਸੀਂ ਇੱਥੇ ਤਾਂ ਡਿਪਲੋਮੈਟ ਦੇ ਤੌਰ 'ਤੇ ਹੈਗੇ ਹੋ, ਲਹਿੰਦੇ ਪੰਜਾਬ ਗਏ ਨੂੰ ਹੁਣ ਇਹ ਸਾਲ ਹੋ ਗਿਆ? ਨਹੀਂ, ਲਹਿੰਦੇ ਸਾਲ ਹੋ ਗਿਆ, ਨਹੀਂ ਮੈਂ ਅਕਸਰ ਆਉਂਦਾ ਜਾਂਦਾ ਰਹਿੰਦਾ, ਮੈਂ ਲੇਟੈਸਟ ਪਿਛਲੇ ਮਹੀਨੇ ਵਾਪਸ ਆਇਆ। ਅੱਛਾ, ਉੱਥੋਂ ਉੱਥੇ ਜਿਹੜਾ ਹੈਗਾ ਵਾ ਜ਼ਿਆਦਾ ਜਿਹੜਾ ਇੰਟਰਸਟ ਹੈ ਇੱਧਰ ਚੜ੍ਹਦਾ ਪੰਜਾਬ ਆਪਣਾ, ਉਹ ਕਿਸ ਤਰ੍ਹਾਂ ਦੇ ਪੰਜਾਬੀ ਦੇ ਲੇਖਕਾਂ ਨੂੰ ਪਸੰਦ ਕਰਦੇ ਨੇ ਉੱਧਰ ਲੋਕ? ਉੱਧਰ ਲੋਕ ਇਨਫੈਕਟ ਜਿਹੜੀ ਤੁਹਾਡੀ ਪੰਜਾਬੀ ਕ੍ਰਿਟਿਸਿਜ਼ਮ ਹੈ ਉਹਦੇ ਬਾਰੇ ਲੋਕਾਂ ਨੂੰ ਥੋੜ੍ਹਾ ਜਿਹਾ ਸ਼ਿਕਵਾ ਹੈ ਕਿ ਉਹ ਸੰਸਕ੍ਰਿਟਾਈਜ਼ਡ ਪੰਜਾਬੀ 'ਚ ਹੁੰਦੀ ਹੈ, ਅਤੇ ਲੇਕਿਨ ਜਿਹੜੀ ਪੰਜਾਬੀ ਫਿਕਸ਼ਨ ਹੈ ਔਰ ਪੰਜਾਬੀ ਸ਼ਾਇਰੀ ਹੈ ਉਹਦੇ ਬਾਰੇ ਬੜੀ ਜ਼ਬਰਦਸਤ ਦਿਲਚਸਪੀ ਹੈ ਕਿ ਉਹ ਉਸ ਲੈਂਗੁਏਜ 'ਚ ਹੁੰਦੀ ਹੈ ਜਿਹੜੀ ਕਿ ਜਦੋਂ ਟਰਾਂਸਕ੍ਰਾਈਬ ਕੀਤੀ ਜਾਂਦੀ ਸ਼ਾਹਮੁਖੀ 'ਚ ਤਾਂ ਉਹ ਬੜੀ ਆਸਾਨੀ ਨਾਲ ਪੜ੍ਹੀ ਜਾ ਸਕਦੀ ਹੈ, ਲੇਕਿਨ ਜਿਹੜੀ ਪੰਜਾਬੀ ਕ੍ਰਿਟਿਸਿਜ਼ਮ ਇੱਥੇ ਮਸ਼ਰਕੀ ਪੰਜਾਬ ਵਿੱਚ ਲਿਖੀ ਜਾ ਰਹੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਲੋਕਾਂ ਹੈ ਕਿ ਉਹਦੀ ਟਰਮੀਨੋਲੋਜੀ, ਉਹਦੀ ਜਿਹੜੀ ਲੈਂਗੁਏਜ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਸੰਸਕ੍ਰਿਟਾਈਜ਼ਡ ਹੈ, ਇਸ ਵਜ੍ਹਾ ਤੋਂ ਜ਼ਿਆਦਾ ਦਿਲਚਸਪੀ ਚੜ੍ਹਦੇ ਪੰਜਾਬ ਦੀ ਸ਼ਾਇਰੀ ਔਰ ਫਿਕਸ਼ਨ 'ਚ ਹੈ। ਉਹ ਬਾਈ ਜੀ, ਗੱਲ ਇਹ ਕਿ ਉਹ ਆਲੋਚਨਾ ਜਿਹੜੀ ਹੈਗੀ ਹੈ ਨਾ ਕ੍ਰਿਟਿਸਿਜ਼ਮ, ਉਹ ਸਾਨੂੰ ਵੀ ਸਮਝ ਨਹੀਂ ਆਉਂਦੀ ਉਰੇ ਦੀ। ਓਕੇ, ਵੈਲ ਸੈਡ, ਸੋ ਵੀ ਆਰ ਔਨ ਦ ਸੇਮ ਪੇਜ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਸਾਡੇ ਜਿਵੇਂ ਉਰੇ ਇੱਧਰਲੇ ਪੰਜਾਬ ਦੇ ਵਿੱਚ ਤੁਹਾਡੇ ਬਹੁਤ ਸਾਰੇ ਸ਼ਾਇਰ ਨੇ ਜਿਹੜੇ ਚਾਹੇ ਨਵੇਂ ਨੇ, ਅਫਜ਼ਲ ਸਾਹਿਰ ਵਰਗੇ ਨੇ, ਉਹ ਨਜ਼ਮ ਹੁਸੈਨ ਸੈਯਦ ਹੋਰੇ ਨੇ, ਇਸੇ ਢੰਗ ਨਾਲ ਇਹਨਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਉਰੇ। ਫਿਰ ਉੱਥੇ ਦੀ ਜਿਹੜੀ ਪੰਜਾਬੀ 'ਚ ਕੀ ਸੂਰਤ ਵਾਲਾ, ਵੈਸੇ ਮੈਂ ਇੰਨਾ ਕੁ ਤਾਂ ਸੁਣਿਆ ਹੋਇਆ ਕਿ ਐੱਮ ਏ ਪੰਜਾਬੀ ਦੇ ਵਿੱਚ ਇੱਕ ਪੇਪਰ ਗੁਰਮੁਖੀ ਦਾ ਪੱਕਾ ਦੇਣਾ ਪੈਂਦਾ ਉੱਧਰ, ਅਤੇ ਉੱਥੇ ਹੁਣ ਕਿੱਦਾਂ ਦਾ ਰੁਝਾਨ ਆ ਪੰਜਾਬੀ ਜ਼ਬਾਨ ਦੇ ਮਤਲਬ? ਦੇਖੋ ਜੀ, ਮੈਂ ਪੰਜਾਬੀ ਲੈਂਗੁਏਜ ਲਿਟਰੇਚਰ 'ਤੇ ਤਾਂ ਕੋਈ ਐਕਸਪਰਟ ਨਹੀਂ ਹੈ, ਮੇਰਾ ਪ੍ਰੋਫੈਸ਼ਨ ਡਿਪਲੋਮੇਸੀ ਹੈ, ਲੇਕਿਨ ਇੱਕ ਆਮ ਲੇਮੈਨ ਦੇ ਤੌਰ 'ਤੇ ਮੇਰਾ ਇਹ ਖਿਆਲ ਹੈ ਕਿ ਉੱਥੇ ਪੰਜਾਬੀ ਫਿਕਸ਼ਨ ਅੱਛੀ ਤਰ੍ਹਾਂ ਪੜ੍ਹੀ ਜਾਂਦੀ ਹੈ, ਉਹਦੇ ਵਿੱਚ ਉੱਥੇ ਜਿਹੜਾ ਨਵੀਆਂ ਚੀਜ਼ਾਂ ਲਿਖੀਆਂ ਜਾ ਰਹੀਆਂ ਨੇ ਉਹ ਖਾਸ ਤੌਰ 'ਤੇ 1960s ਔਨਵਰਡਸ ਨਜ਼ਮ ਹੁਸੈਨ ਸੈਯਦ ਔਰ ਇਹਨਾਂ ਲੋਕਾਂ ਦੇ ਰਾਹੀਂ ਐਸੀ ਪੰਜਾਬੀ ਕਲਚਰ ਦੇ ਉੱਤੇ, ਪੰਜਾਬੀ ਲੈਂਗੁਏਜ ਉੱਤੇ ਫਖਰ ਕਰਨ ਵਾਲਾ ਲਿਟਰੇਚਰ ਪੈਦਾ ਹੋ ਰਿਹਾ। ਮਤਲਬ ਪੰਜਾਬੀ ਆਮ ਤੌਰ 'ਤੇ ਪਹਿਲੇ ਜਿਹੜੀ ਹੈ ਉਹ ਕਲਾਸਿਕਸ ਦੇ ਹਿਸਾਬ ਨਾਲ ਲਈ ਜਾਂਦੀ ਸੀ ਕਿ ਬੁੱਲੇ ਸ਼ਾਹ ਹੋ ਗਿਆ, ਬਾਬਾ ਗੁਰੂ ਨਾਨਕ ਹੋ ਗਿਆ, ਫਰੀਦ ਹੋ ਗਿਆ, ਇਹ ਬੜੇ ਸ਼ਾਇਰ ਨੇ, ਲੇਕਿਨ 20ਵੀਂ ਸਦੀ ਦੇ ਆਖਰਵੀ 50 ਸਾਲ 'ਚ ਔਰ ਇਹਨਾਂ 18 ਸਾਲਾਂ 'ਚ ਐਸੇ ਲੋਕ ਪੈਦਾ ਹੋਏ ਨੇ ਜਿਹੜੇ ਮਾਡਰਨ ਟੈਕਨੀਕਸ ਨਾਲ ਬਹੁਤ ਫਿਕਸ਼ਨ ਵੀ ਲਿਖ ਰਹੇ ਨੇ ਔਰ
ਸ਼ਾਇਰੀ ਵੀ ਕਰ ਰਹੇ ਨੇ, ਕੁਛ ਦੇ ਨਾਂ ਤੁਸੀਂ ਵੀ ਲੈਣੇ, ਉਹਨਾਂ 'ਚ ਕੁਛ ਪਾਪੂਲਰ ਸ਼ਾਇਰ ਨੇ। ਪਾਪੂਲਰ ਸ਼ਾਇਰ ਦੀ ਆਫਕੋਰਸ ਤੁਹਾਨੂੰ ਪਤਾ ਉਮਰ ਘੱਟ ਹੁੰਦੀ ਹੈ, ਕੁਛ ਸ਼ਾਇਰ ਜਿਹੜੇ ਨੇ ਜਿਹੜੇ ਨਜ਼ਮ ਸਨ ਸਈਦ ਤਰ੍ਹਾਂ ਦੇ ਲੋਕ ਨੇ ਜਿਹਨਾਂ ਜਿਹਨਾਂ ਦੀ ਉਮਰ ਆਈ ਐਮ ਸ਼ੋਰ ਕਿ ਲੰਬੀ ਹੋਏਗੀ। ਹਾਂ, ਸ਼ਰੀਫ ਕੁੰਜਾਈ ਉੱਥੇ ਬਹੁਤ ਵੱਡਾ ਸ਼ਾਇਰ ਹੈ, ਬੜਾ ਸ਼ਾਇਰ। ਹਾਂ ਜੀ, ਬਿਲਕੁਲ। ਅੱਛਾ, ਇੱਕ ਚੀਜ਼ ਹੈ ਕਿ ਉੱਥੇ ਲਹਿੰਦੇ ਪੰਜਾਬ ਦੀਆਂ ਫਿਲਮਾਂ ਤਾਂ ਬਹੁਤ ਮਸ਼ਹੂਰ ਨੇ, ਇੱਥੋਂ ਤੱਕ ਕਿ ਜ਼ਿਲ੍ਹੇ ਸ਼ਾਹਰ ਕੀ ਫਿਲਮ ਤੁਸੀਂ ਦੇਖੀ ਹੈ? ਜ਼ਿਲ੍ਹੇ ਸ਼ਾਹ, ਹਾਂ ਜ਼ਿਲ੍ਹੇ ਸ਼ਾਹ ਮੈਂ ਦੇਖੀ, ਮੈਂ ਦੇਖੀ ਹੈ। ਦੇਖਿਓ, ਚੂੜੀਆਂ ਹੋ ਗਈ, ਚੂੜੀਆਂ ਚੂੜੀਆਂ, ਹਾਂ ਚੂੜੀਆਂ ਦੇਖੀ ਹੈ। ਹੀਰ ਰਾਂਝਾ ਸਭ ਤੋਂ ਜ਼ਿਆਦਾ 70 ਵਾਲੀ, ਮੈਂ ਤਾਂ ਨਵੀਆਂ ਦੀ ਗੱਲ ਕਰ ਰਿਹਾ, ਅਤੇ ਉਹ ਤਾਂ 70 ਦੀ ਹੋ ਗਈ ਨਾ। ਇਹ ਫਿਲਮਾਂ ਇੰਨੀਆਂ ਪਾਪੂਲਰ ਨਹੀਂ, ਲੇਕਿਨ ਜਿਹੜੀ ਪੰਜਾਬੀ ਜ਼ੁਬਾਨ ਆ ਟੈਕਸਟ ਦੇ ਰੂਪ ਦੇ ਵਿੱਚ, ਉੱਥੇ ਇੰਨੀ ਪਾਪੂਲਰ ਕਿਉਂ ਨਹੀਂ ਹੋ ਸਕੀ? ਉਹਦਾ ਸ਼ਾਇਦ ਉੱਥੇ ਪੰਜਾਬੀ ਪਾਵਰ ਸਟਰਕਚਰ ਨਾਲ, ਪਾਕਿਸਤਾਨ ਦੇ ਪਾਵਰ ਸਟਰਕਚਰ ਨਾਲ ਵੀ ਸ਼ਾਇਦ ਤਾਲੁਕ ਹੈ। ਪੰਜਾਬ ਜਿਹੜਾ ਹੈ ਉਹ 50% ਤੋਂ ਜ਼ਿਆਦਾ ਪਾਕਿਸਤਾਨ ਦਾ ਹਿੱਸਾ ਹੈ ਪਾਪੂਲੇਸ਼ਨ ਦੇ ਹਿਸਾਬ ਨਾਲ। ਤਾਂ ਆਮ ਤੌਰ 'ਤੇ ਜਿਹੜੇ ਪੰਜਾਬੀ ਇਲੀਟ ਜਿਹੜੀ ਸ਼ਾਮਿਲ ਹੋ ਜਾਂਦੀ ਹੈ ਪਾਵਰ ਸਟਰਕਚਰ ਵਿੱਚ, ਉਹ ਉਤਨਾ ਫਖਰ ਨਹੀਂ ਕਰਦੀ ਪੰਜਾਬੀ ਲੈਂਗੁਏਜ 'ਤੇ। ਸ਼ਾਇਦ ਉਹਨਾਂ ਪੰਜਾਬੀਆਂ ਨੇ ਕੰਪਰੋਮਾਈਜ਼ ਕੀਤਾ ਹੈ ਪਾਵਰ ਵਿੱਚ ਰਹਿਣ 'ਤੇ। ਲੇਕਿਨ ਹੁਣ ਇਹ ਪੁਰਾਣੀ ਗੱਲ ਹੈ ਜਿਹੜੀ ਮੈਂ ਕਰ ਰਿਹਾ, ਜਿਹੜੀ ਪਿਛਲੀ 30-40 ਸਾਲ ਦੀ ਗੱਲ ਹੈ ਨਾ, ਉਹਦੇ ਵਿੱਚ ਇਹ ਕਿ ਤੁਸੀਂ ਅਗਰ ਬੈਸਟ ਇੰਸਟੀਟਿਊਸ਼ਨ ਜਿਹੜੇ ਲਾਹੌਰ ਦੇ ਨੇ, ਪੰਜਾਬ ਦੇ, ਜਾਂ ਜੈਸੇ ਲਮਜ਼ ਹੈ ਜਾਂ ਉਹਨਾਂ ਇਦਾਰਿਆਂ 'ਚ ਜਾਓ, ਤਾਂ ਉੱਥੇ ਤੁਹਾਨੂੰ ਲੋਕਲ ਕਲਚਰ ਦੇ ਉੱਤੇ ਫਖਰ ਕਰਨ ਵਾਲੇ ਪ੍ਰੋਗਰਾਮ ਮਿਲਣਗੇ। ਉਹ ਉਹਨਾਂ ਸ਼ਾਇਰਾਂ ਨੂੰ ਉਹ ਬੁਲਾਉਂਦੇ ਨੇ, ਉਹਨਾਂ ਨਾਲ ਇੰਟਰੈਕਟ ਕਰਦੇ ਨੇ। ਤਾਂ ਉਹ ਇਹ ਟ੍ਰੈਂਡ ਖਤਮ ਹੋ ਰਿਹਾ ਹੈ। ਆਈ ਐਮ ਸ਼ੋਰ ਕਿ ਹੁਣ ਇਹ ਜਿਹੜੀ ਅਗਲੀ ਨਸਲ ਆਏਗੀ, ਇਹਨੂੰ ਅਸੀਂ ਪੋਸਟ ਮਾਡਰਨ ਨਸਲ ਕਹਿ ਰਵਾਂਗੇ, ਜਿਹਨਾਂ ਦੀ ਡੀਕਲੋਨਾਈਜੇਸ਼ਨ ਆਫ ਮਾਇੰਡ ਹੋ ਗਈ ਹੋਏਗੀ, ਅਤੇ ਉਹ ਪੰਜਾਬੀ ਉੱਤੇ ਫਖਰ ਵੀ ਕਰਨਗੇ ਔਰ ਉਹਦੇ ਟੈਕਸਟ ਵੀ ਲਾਉਣਗੇ ਵੀ। ਪਿੱਛੇ ਜਿਹੇ ਇੱਕ ਬੜਾ ਅੱਛਾ ਸਾਈਨ ਦੇਖਿਆ ਕਿ ਉੱਥੇ ਨਾ ਜਿਹੜੇ ਟੀਵੀ ਚੈਨਲ ਨੇ ਪੰਜਾਬੀ ਦੇ, ਉਹ ਬੜੇ ਪਾਪੂਲਰ ਹੋਏ ਨੇ, ਹੈ ਨਾ, ਤੁਸੀਂ ਦੇਖੇ ਨੇ? ਜੀ, ਟੀਵੀ ਚੈਨਲ ਪੰਜਾਬੀ ਦੇ ਤੁਹਾਡੇ ਲਈ, ਉਹ ਖੈਰ ਉਹਦੇ ਵਿੱਚ ਕੁਛ ਗੌਰਮੈਂਟਸ ਦਾ ਰੋਲਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਦੂਜੇ ਦੇ, ਇੰਡੀਆ 'ਚ ਬਾਜ਼ੂਕਾ ਟੀਵੀ ਚੈਨਲ ਪਾਕਿਸਤਾਨ ਦੇ ਨਹੀਂ ਦਿਖਾਏ ਜਾਂਦੇ, ਉਹਨੂੰ ਤਾਂ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਔਰ ਇਹ ਗੱਲ ਉੱਥੇ ਪਾਕਿਸਤਾਨ 'ਚ ਵੀ ਨੋਟ ਹੁੰਦੀ ਹੈ। ਨਹੀਂ, ਬਟ ਉਹ ਪਾਕਿਸਤਾਨ ਦੀ ਗੱਲ ਕਰਾਂ, ਉੱਥੇ ਕੁਝ ਪੰਜਾਬੀ ਚੈਨਲ ਚੱਲ, ਜਿਵੇਂ ਪੰਜਾਬ ਟੀਵੀ ਚੱਲਿਆ ਹੈ, ਉਹ ਲੋਕਾਂ 'ਚ ਕਿੰਨੇ ਕੁ ਪਾਪੂਲਰ ਨੇ ਉੱਧਰ ਲੋਕਾਂ 'ਚ? ਆਨੈਸਟਲੀ ਮੇਰੇ, ਮੈਂ ਕਿਉਂਕਿ ਇੱਥੇ ਜ਼ਿਆਦਾ ਬੇਸਡ ਹਾਂ, ਮੈਨੂੰ ਜ਼ਿਆਦਾ ਇਨਫੋਰਮੇਸ਼ਨ ਇਸ 'ਤੇ ਨਹੀਂ ਹੈ। ਚਲੋ ਛੱਡੋ, ਆਪਾਂ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਉੱਥੇ ਦੇ ਲੋਕ ਨੇ, ਜਿਵੇਂ ਇੱਕ ਸਾਡੀ ਜਿਹੜੀ ਦੋਵਾਂ ਪੰਜਾਬਾਂ ਦੀ ਸਾਂਝ ਹੈ, ਫਕੀਰ ਚੰਦ, ਫਕੀਰ ਉਦੀਨ, ਫਕੀਰ ਸਿੰਘ ਦੀ ਹੈ, ਸਰਦਾਰਾ ਸਿੰਘ, ਸਰਦਾਰੀ ਲਾਲ, ਸਰਦਾਰ ਅਲੀ ਦੀ ਸਾਂਝ ਹੈ, ਇਹ ਸਾਂਝ ਬਾਰੇ ਉੱਧਰਲੇ ਪੰਜਾਬੀ ਕੀ ਸੋਚਦੇ ਨੇ? ਸਭ ਤੋਂ ਮੇਨ ਤਹਿਰੀਕ ਜਿਹੜੀ ਇਸ ਸਾਂਝ ਬਾਰੇ ਮੈਂ ਦੇਖੀ, ਉਹ ਭਗਤ ਸਿੰਘ ਚੌਕ ਬਣਾਉਣ ਦੀ ਤਹਿਰੀਕ ਹੈ ਲਾਹੌਰ 'ਚ, ਕਿ ਉਹ ਇੱਕ ਕਾਮਨ ਹੀਰੋ ਸੀ ਪੰਜਾਬ ਦਾ, ਜਿਸਨੇ ਕਲੋਨੀਅਲ ਰੂਲਰਸ ਦੇ ਖਿਲਾਫ ਰਿਸਿਸਟ ਕੀਤਾ, ਉਹਨੂੰ ਜੇਲ੍ਹ ਭੇਜਿਆ ਗਿਆ, ਉਹਨੇ ਸਾਡੇ ਕਾਇਦ ਆਜ਼ਮ ਨੇ ਉਹਦਾ ਕੇਸ ਲੜਿਆ ਕੋਰਟ 'ਚ, ਮੁਹੰਮਦ ਅਲੀ ਜਿਨਾਹ ਨੇ, ਔਰ ਉਹ ਬੜਾ ਉਹਦੇ 'ਤੇ ਫਖਰ ਕੀਤਾ ਜਾਂਦਾ। ਤਾਂ ਉਹ ਇਟ ਸੈਲਫ ਭਗਤ ਸਿੰਘ ਦੀ ਸਪੋਰਟ 'ਚ ਤਹਿਰੀਕ ਚੱਲਣਾ ਪਾਕਿਸਤਾਨ 'ਚ, ਇਸ ਦਾ ਮਤਲਬ ਇਹ ਕਿ ਲੋਕ ਜਿਹੜੇ ਨੇ ਉਸ ਲੈਗੇਸੀ ਨੂੰ ਓਨ ਕਰਨਾ ਚਾਹੁੰਦੇ ਨੇ, ਇਸ ਲਿਹਾਜ਼ ਇਸ ਸਾਂਝ ਲਈ ਮੌਜੂਦ ਹੈ। ਇਟ ਸੈਲਫ ਜਿਹੜੇ ਮੈਂ ਇੱਥੋਂ ਪੰਜਾਬੀ ਦੀ ਕਿਤਾਬਾਂ ਖਰੀਦਣ ਆਇਆ, ਇਹ ਵੀ ਇਟ ਸੈਲਫ ਇਸ ਗੱਲ ਦਾ ਹੀ ਸਬੂਤ ਹੈ ਕਿ ਪਾਕਿਸਤਾਨੀ ਦਿਲਚਸਪੀ ਹੈ ਪੰਜਾਬੀ ਦੀ ਕਿਤਾਬ। ਤੁਸੀਂ ਗੁਰਮੁਖੀ ਲਿਪੀ ਸਿੱਖ ਲਈ ਇਹਦਾ ਮਤਲਬ?
ਮੈਨੇ ਨਹੀਂ ਸਿੱਖੀ, ਲੇਕਿਨ ਜਿਨ੍ਹਾਂ ਲੋਕਾਂ ਨੇ ਮੈਨੂੰ ਭੇਜਿਆ ਉਹਨਾਂ ਸਿੱਖੀ ਹੈ। ਉਹ ਤੁਹਾਨੂੰ ਮਤਲਬ ਬੋਲ ਬੋਲ ਕੇ ਸਮਝਾਉਣਗੇ, ਹੈ ਨਾ? ਓਕੇ। ਅੱਛਾ, ਜਿਹੜੀ ਲਿਪੀਆਂ ਦਾ ਬੜਾ ਵੱਡਾ ਮਸਲਾ ਅਬਦੁਲ ਹਮੀਦ ਸਾਹਿਬ, ਹੁਣ ਜਿਵੇਂ ਅਸੀਂ ਸ਼ਾਹਮੁਖੀ ਲਿਪੀ ਆ ਉਹ ਸਾਨੂੰ ਨਹੀਂ ਆਉਂਦੀ, ਹੁਣ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਲਿਪੀ ਦੇ ਵਿੱਚ ਕਿੰਨਾ ਸਾਰਾ ਸਾਹਿਤ ਪੜ੍ਹੀਏ, ਅਸੀਂ ਉੱਥੇ ਦੇ ਸ਼ਾਇਰਾਂ ਨੂੰ ਪੜ੍ਹੀਏ, ਹੈ ਜੇ ਕਈਆਂ ਦੇ ਤਾਂ ਗਾਣੇ ਸੁਣੇ ਹੋਏ ਨੇ ਅਹਿਮਦ ਰਾਹੀ ਵਰਗਿਆਂ ਦੇ, ਹੀਰ ਰਾਂਝਾ ਫਿਲਮ ਦੇ ਵਿੱਚ, ਪਰ ਕਹਿੰਦੇ ਵੀ ਉਹ ਸ਼ਾਇਰੀ ਵੀ ਸੁਣ ਲਈਏ ਬਾਈ, ਪੜ੍ਹ ਲਈਏ, ਪਰ ਉਹ ਨਸੀਬ ਨਹੀਂ। ਇਹਦਾ ਲਿਪੀਆਂ ਦਾ ਮਸਲਾ ਕਿਵੇਂ ਹੱਲ ਹੋਵੇ? ਇਹਦਾ ਤਾਂ ਕੋਈ ਇੰਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਕਿ ਆਮ ਤੌਰ 'ਤੇ ਜਿਹੜੀ ਪੰਜਾਬੀ 'ਚ, ਪੰਜਾਬ ਵਿੱਚ, ਸਾਡੇ ਪੰਜਾਬ ਵਿੱਚ ਕਿਤਾਬਾਂ ਟ੍ਰਾਂਸਕ੍ਰਾਈਬ ਹੁੰਦੀਆਂ ਨੇ, ਉਸ ਲਈ ਕੋਈ ਆਮ ਤੌਰ 'ਤੇ ਅੰਡਰ ਗ੍ਰੈਡ ਬੰਦਾ ਕਰ ਲੈਂਦਾ, ਮਤਲਬ ਇਹ ਕਿਤਾਬ ਟ੍ਰਾਂਸਕ੍ਰਾਈਬ ਕਰਨ ਲਈ, ਟ੍ਰਾਂਸਲੇਸ਼ਨ ਲਈ ਤਾਂ ਜ਼ਿਆਦਾ ਸਲਾਹੀਅਤ ਦੀ ਜ਼ਰੂਰਤ ਹੈ, ਟ੍ਰਾਂਸਕ੍ਰਾਈਬ ਕਰਨ ਲਈ ਯੂ ਓਨਲੀ ਨੀਡ ਟੂ ਬੀ ਅੰਡਰ ਗ੍ਰੈਜੂਏਟ, ਤਾਂ ਉਹ ਇੰਨੇ ਜ਼ਿਆਦਾ ਅੰਡਰ ਗ੍ਰੈਜੂਏਟ ਪੰਜਾਬੀ ਨੇ, ਉਹਨਾਂ ਨੂੰ ਇਹਦੇ 'ਤੇ ਗੌਰ ਕਰਨਾ ਚਾਹੀਦਾ, ਜਿਹੜੇ ਜਿਨ੍ਹਾਂ ਨੂੰ ਦੋਨੋਂ ਲਿਪੀਆਂ ਆਉਂਦੀਆਂ ਨੇ ਉਹ ਸ਼ਾਹਮੁਖੀ ਤੋਂ ਗੁਰਮੁਖੀ ਕਰਨ, ਗੁਰਮੁਖੀ ਤੋਂ ਸ਼ਾਹਮੁਖੀ ਕਰਨ, ਉਹਨਾਂ ਦੀ ਮਤਲਬ ਇੱਕ ਮੋਰਲ ਰਿਸਪੋਂਸੀਬਿਲਿਟੀ, ਔਰ ਪਬਲਿਸ਼ਰਸ ਦੀ ਰਿਸਪੋਂਸੀਬਿਲਿਟੀ ਹੈ ਕਿ ਉਹ ਉਹਨਾਂ ਨੂੰ ਛਾਪਣ, ਔਰ ਰੀਡਰਸ ਦੀ ਰਿਸਪੋਂਸੀਬਿਲਿਟੀ ਕਿ ਉਹਨਾਂ ਨੂੰ ਖਰੀਦਣ। ਨਵਜੋਗ ਵਾਲਿਆਂ ਨੇ ਬਈ ਇੱਕ ਬੜਾ ਅਜ਼ੀਮ, ਬੜੀ ਅਜ਼ੀਮ ਹਸਤੀ ਸਾਨੂੰ ਮਿਲਾ ਦਿੱਤੀ ਹੈ, ਐਂ ਕਹਿ ਲਓ ਵੀ ਲਹਿੰਦੇ ਪੰਜਾਬ ਤੋਂ ਸਾਨੂੰ ਮਿਲ ਗਈ ਹੈ ਹਸਤੀ, ਅਸੀਂ ਗੱਲਾਂ ਕਰ ਲਈਆਂ ਨੇ, ਸਾਡਾ ਵੀ ਚਿੱਤ ਜਿਹਾ ਖੁਸ਼ ਹੋ ਗਿਆ ਕਿ ਉੱਧਰੋਂ ਵੀ ਕੋਈ ਹਵਾ ਦਾ ਬੁੱਲਾ ਆ ਗਿਆ ਸਾਡੇ ਵੱਲ, ਅਤੇ ਬਹੁਤ ਬਹੁਤ ਸ਼ੁਕਰੀਆ ਅਬਦੁਲ ਹਮੀਦ ਸਾਹਿਬ। ਓਕੇ, ਥੈਂਕ ਯੂ ਵੈਰੀ ਮਚ ਜੀ।